ਸਤਿ ਸ਼੍ਰੀ ਅਕਾਲ ਦੋਸਤੋ, ਇਸ ਟਾਈਮ ਆਪਾਂ ਖੜ੍ਹੇ ਹਾਂ ਪਿੰਡ ਕਜਲਾ ਦੇ ਰਵਿਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ। ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਮੈਂ ਅੱਜ ਹਾਜ਼ਰ ਹੋਇਆ ਹਾਂ। ਅੱਜ ਦਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ। ਅੱਜ ਆਪਾਂ ਤੁਹਾਨੂੰ ਨੁਹਾਰ ਦਿਖਾਵਾਂਗੇ ਪਿੰਡ ਕਜਲਾ ਨਜ਼ਦੀਕ ਬੰਗਾ। ਬੰਗਾ ਤੋਂ ਅੰਦਾਜ਼ਨ 2 ਕਿਲੋਮੀਟਰ 'ਤੇ ਵਸਿਆ ਹੈ ਘੁੱਗਵਾਸ ਦਾ ਪਿੰਡ ਕਜਲਾ। ਅੱਜ ਆਪਾਂ ਉੱਥੋਂ ਦੀ ਵਾਤ ਪਾਵਾਂਗੇ, ਤੁਹਾਡੇ ਨਾਲ ਉੱਥੇ ਦਾ ਸੂਰਤ ਹਾਲ ਸਾਂਝਾ ਕਰਾਂਗੇ ਕਿ ਪਿੰਡ ਦੇ ਵਿੱਚ ਕਿਹੜੇ ਕਿਹੜੇ ਧਾਰਮਿਕ ਸਥਾਨ ਹਨ, ਕਿਹੜੀ ਸਰਕਾਰੀ ਫੈਸਿਲਿਟੀ ਹੈ, ਜਾਂ ਕਿਹੜਾ ਕੋਈ ਵਿੱਦਿਅਕ ਅਦਾਰਾ ਹੈ ਜੋ ਬੱਚਿਆਂ ਵਾਸਤੇ ਚਾਨਣ ਮਿਨਾਰਾ ਬਣ ਰਿਹਾ ਹੈ। ਅੱਜ ਆਪਾਂ ਉਹ ਤੁਹਾਡੇ ਨਾਲ ਸਾਰਿਆਂ ਨਾਲ ਸਾਂਝਾ ਕਰਾਂਗੇ। ਸੋ ਆਓ ਗੇੜਾ ਮਾਰਦੇ ਹਾਂ ਆਪਾਂ ਪਿੰਡ ਕਜਲਾ, ਅਤੇ ਪ੍ਰੋਗਰਾਮ ਹੈ ਅੱਜ ਦਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ। ਪਿੰਡ ਦੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ, ਖੂਬਸੂਰਤ ਨਜ਼ਾਰਾ ਤੁਹਾਡੀ ਸਕਰੀਨ 'ਤੇ। ਪਿੰਡ ਦਾ ਆਲਾ ਦੁਆਲਾ ਮਹਿਕਦੀਆਂ ਹੋਈਆਂ ਫਸਲਾਂ, ਇਹ ਹੈ ਜੀ। ਪਿੰਡ ਦੇ ਵਿੱਚ ਵਾਟਰ ਸਪਲਾਈ ਵਾਲਿਆਂ ਦਾ ਜੋ ਦਫ਼ਤਰ ਹੈ, ਸਾਹਮਣੇ ਤੁਸੀਂ ਟਾਂਚੀ ਵੀ ਦੇਖ ਸਕਦੇ ਹੋ, ਜਿਸ ਨਾਲ ਕਿ ਪੂਰੇ ਪਿੰਡ ਨੂੰ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦੀ ਸਪਲਾਈ ਹੁੰਦੀ ਹੈ। ਪਿੰਡ ਦਾ ਮੇਨ ਰੋਡ ਜੋ ਬੰਗਾ ਵਾਲੀ ਸਾਈਡ ਤੋਂ ਪਿੰਡ ਨੂੰ ਆ ਕੇ ਜੋੜਦਾ ਹੈ, ਤੋ ਦੋ ਰੋਡ ਨਿਕਲਦੇ ਆ, ਦੋ ਰੋਡ ਆਲੇ ਦੁਆਲੇ ਪਿੰਡ ਨੂੰ ਗਲਵੱਕੜੀ ਵਿੱਚ ਲੈਂਦੇ ਹੋਏ। ਜੇ ਆਪਾਂ ਪਿੰਡ ਦੇ ਅੰਕੜਿਆਂ 'ਤੇ ਝਾਤ ਮਾਰੀਏ ਤਾਂ 2011 ਦੀ ਜਨਗਣਨਾ ਦੱਸਦੀ ਹੈ ਕਿ ਉਸ ਵੇਲੇ 224 ਘਰਾਂ ਦੀ ਗਿਣਤੀ ਕੀਤੀ ਗਈ ਸੀ। ਇਹ ਰੋਜ਼ਾ ਮੁਸਲਮਾਨ ਫਕੀਰ ਦਾ ਦਰਬਾਰ, ਜਿਹਦੇ ਵਿੱਚ ਕੁੱਲ ਆਬਾਦੀ ਸੀਗੀ ਪਿੰਡ ਦੀ 2011 ਦੇ ਅਨੁਸਾਰ 1033, ਜਿਨ੍ਹਾਂ ਵਿੱਚੋਂ 507 ਮਰਦ ਅਤੇ 526 ਔਰਤਾਂ ਦੀ ਜਿਹੜੀ ਗਿਣਤੀ ਕੀਤੀ ਗਈ। ਰੋਜ਼ੇ ਦੀਆਂ ਅੰਦਰੂਨੀ ਤਸਵੀਰਾਂ ਦੇ ਜ਼ਬਾਨੀ ਤੁਹਾਡੀ ਨਜ਼ਰ, ਖੂਬਸੂਰਤ ਇਹ ਰੋਜ਼ੇ ਦੀਆਂ ਦੂਰ ਤੋਂ ਲਈ ਗਈ ਤਸਵੀਰ। ਪਿੰਡ ਵਿੱਚ ਇੱਕ ਕੋ ਐਜੂਕੇਸ਼ਨ ਸਰਕਾਰੀ ਐਲੀਮੈਂਟਰੀ ਸਕੂਲ ਵੀ ਹੈ, ਜੋ ਕਿ ਸਨ ਇਹ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ, ਮੇਨ ਦੁਆਰ ਗੁਰਦੁਆਰਾ ਸਾਹਿਬ ਦੀ ਤੁਹਾਡੀ ਸਕਰੀਨ 'ਤੇ।
ਮੈਂ ਗੱਲ ਕਰ ਰਿਹਾ ਸੀ ਪਿੰਡ ਵਿੱਚ ਸਥਾਪਿਤ ਸਰਕਾਰੀ ਐਲੀਮੈਂਟਰੀ ਉਰਫ ਸਰਕਾਰੀ ਪ੍ਰਾਇਮਰੀ ਸਕੂਲ ਦੀ, ਜਿਹੜਾ ਕਿ ਸੰਨ 1953 ਦੇ ਵਿੱਚ ਪਿੰਡ ਦੇ ਵਿੱਚ ਸਥਾਪਿਤ ਕੀਤਾ ਗਿਆ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਦੀ ਦੂਰੋਂ ਉੱਚੀ ਹੋਈ ਚਲੀ। ਇਹ ਲੱਖ ਦਾਤਾ ਲਾਲਾਂ ਵਾਲੇ ਪੀਰ ਦਾ ਦਰਬਾਰ, ਇਹ ਵੀ ਖੂਬਸੂਰਤ ਇੱਕ ਨਜ਼ਾਰਾ ਪੇਸ਼ ਕਰਦਾ ਹੋਇਆ ਪਿੰਡ ਦੇ ਵਿੱਚ। ਸ਼ਹੀਦ ਸਿੰਘਾਂ ਦੇ ਨਾਂ 'ਤੇ ਉਸਾਰਿਆ ਗਿਆ ਮੇਨ ਦਰਵਾਜ਼ਾ ਪਿੰਡ ਦੇ ਵਿੱਚ, ਉਹ ਤੁਹਾਡੀ ਨਜ਼ਰੀ ਸ਼ਹੀਦ ਸਿੰਘਾਂ ਦੇ ਬਾਬਾ ਬਾਲਕ ਨਾਥ ਜੀ ਦਾ ਮੰਦਰ, ਉਹ ਵੀ ਤੁਸੀਂ ਦੇਖ ਸਕਦੇ ਹੋ ਬਾਬਾ ਬਾਲਕ ਨਾਥ ਜੀ ਦਾ ਮੰਦਰ। ਵੱਖ ਵੱਖ ਐਂਗਲਾਂ ਤੋਂ ਖਿੱਚੀਆਂ ਗਈਆਂ ਤਸਵੀਰਾਂ, ਖੂਬਸੂਰਤ ਬਿਲਡਿੰਗ, ਮੇਨ ਐਂਟਰੀ ਦਰਬਾਰ ਦੀ, ਗੁਰਦੁਆਰਾ ਸਾਹਿਬ ਨਾਨਕਸਰ ਪਿੰਡ ਕਜ਼ਲਾ, ਤੁਹਾਡੀ ਤਸਵੀਰ 'ਤੇ ਨਜ਼ਰੀ। ਮੈਂ ਧੰਨਵਾਦ ਕਰਨਾ ਚਾਹਾਂਗਾ ਪੂਰੀ ਆਡੀਅੰਸ ਦਾ, ਜਿਹੜੇ ਮੇਰੀ ਹਰੇਕ ਵੀਡੀਓ ਨੂੰ ਮਹਾਂਮੂਈ ਪਿਆਰ ਦਿੰਦੇ ਨੇ। ਆਸ ਕਰਦਾ ਹਾਂ ਅੱਗੇ ਤੋਂ ਵੀ ਤੁਸੀਂ ਆਪਣਾ ਪਿਆਰ ਅਤੇ ਸਤਿਕਾਰ ਇਸ ਤਰ੍ਹਾਂ ਬਣਾਏ ਰੱਖੋਗੇ। ਤੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਸਭਨਾ ਪਰਿਵਾਰਕ ਮੈਂਬਰਾਂ ਦਾ ਧੰਨਵਾਦ। ਤੁਸੀਂ ਵੇਖ ਰਹੇ ਸੀ ਆਪਣਾ ਚੈਨਲ ਸਰਬ ਸਾਂਝਾ ਪਾਲ ਟੀਵੀ। ਕਿਸੇ ਅਗਲੀ ਵੀਡੀਓ ਨਾਲ ਫਿਰ ਤੁਹਾਡੇ ਮੁਖਾਤਿਬ ਹੋਵਾਂਗਾ। ਤਬ ਤੱਕ ਲਈ ਰੱਬ ਰਾਖਾ।